ग्रेजुएट हो चुके सोशल वर्कर कुलवंत कौर जी ਨੂੰ ਸਤਿ ਸ਼੍ਰੀ ਅਕਾਲ ਕੁਲਵੰਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਹੈਲੋ ਸ਼੍ਰੀ ਅਕਾਲ ਪ੍ਰਮੇਸ਼ ਸਿੰਘ ਜੀ ਜੀ ਬਹੁਤ ਮਿਹਰਬਾਨੀ ਸਮਾਂ ਅੱਛਾ ਦੇਣ ਦੇ ਜੀ ਲਈ ਤੇ ਸਭ ਤੋਂ ਪਹਿਲਾਂ ਅਸੀਂ ਜਾਣਨਾ ਹੈਲੋ ਚਾਹਾਂਗੇ ਕਿ ਤੁਹਾਨੂੰ ਮੇਰੀ ਆਵਾਜ਼ ਆ ਰਹੀ ਤੁਹਾਡਾ ਜੀ ਬਿਲਕੁਲ ਸਹੀ ਆਵਾਜ਼ ਆ ਰਹੀ ਹੈ ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਕਿਹੜੀ ਸੰਸਥਾ ਵੱਲੋਂ ਇਸ ਵਕਤ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ ਤੇ ਬੀਤੇ ਜੀ ਲੰਬੇ ਸਮੇਂ ਤੋਂ ਅਸੀਂ ਤੁਹਾਨੂੰ ਵੱਖ-ਵੱਖ ਰੂਪ ਦੇ ਵਿੱਚ ਦੇਖਦੇ ਆ ਰਹੇ ਹਾਂ ਥੋੜਾ ਬਹੁਤ ਆਪਣੇ ਬਾਰੇ ਆਪਣੀ ਸੰਸਥਾ ਦੇ ਬਾਰੇ ਜਾਣਕਾਰੀ ਜ਼ਰੂਰ ਦਿਓ हाँ जी मैं न्यूजीलैंड सिख वूमेन एसोसिएशन नू रिप्रेजेंट कर रही हूँ एंड मैं उत्थे जी सोशल वर्कर एज ए सोशल वर्कर काम कर रही हूँ तो साड़ी न्यूजीलैंड सिख वूमेन एसोसिएशन का काम हैगा वो घरेलू हिंसा प्रति अवेयरनेस देना ते उन्हां नू सहायता देना जिवें डोमेस्टिक वायलेंस के पीरियड जिहड़े भी हुंदे हैगे ने उन्हां नू संकट घड़ी दे विच उन्हां दी मदद करना समाजिक ते आर्थिक जरूरतां नूं उहनां दीआं नूं पूरा करन च उहनां दी सहायता प्रदान करना संबंधित सर्विसिज जिहड़ियां वी उहनां दीआं हुंदीआं उहनां नूं जिवें पुल गई कोर्ट हो गए काउंसलिंग हो गई चाइल्ड यूथ फैमिली हो गई ते नाल एंड मेंटल हेल्थ दे नाल रिलेटेड भी कुछ जे कोई जरूरत पैंदी है उहनूं वी अगे असीं अगले संबंधित जिहड़ी सर्विसिज आ उहनां नूं प्रोवाइड करवाउंदे हैगे आ जी न्यूजीलैंड अच्छा जिहड़ी आप सिख वुमेन जी एसोसिएशन है 2002 ਦੇ ਵਿੱਚ ਮਾਈਗ੍ਰੇਟ ਵੁਮਨਸ ਤੇ ਚਿਲਡਰਨ ਤੇ ਪਰਿਵਾਰਾਂ ਦੇ ਨਾਲ ਕੰਮ ਰਹੀ ਹੈ ਤੇ ਸਾਡਾ ਜਿਹੜਾ ਮਿਸ਼ਨ ਹੈਗਾ ਉਹ ਹੈਗੇ ਕਿ ਪਰਿਵਾਰਾਂ ਨੂੰ ਮਜ਼ਬੂਤ ਕਰਨਾ ਤੇ ਨਿਊਜ਼ੀਲੈਂਡ ਜਿਹੜੇ ਵੀ ਮਾਈਗ੍ਰੈਂਟ ਹੈਗੇ ਨੇ ਉਹਨਾਂ ਦੇ ਪੱਖਾਂ ਨੂੰ ਸਾਹਮਣੇ ਰੱਖਣਾ ਤੇ ਫੈਮਿਲੀ ਬੈਲੈਂਸ ਤੋਂ ਸਾਰਿਆਂ ਨੂੰ ਬਣਾਉਣਾ ਤੇ ਉਹਨਾਂ ਨੂੰ ਅਵੇਅਰਨੈਸ ਦੇਣਾ ਤੇ ਜੇ ਕਿਸੇ ਤਰ੍ਹਾਂ ਦੀ ਲੋੜ ਵੀ ਪੈਂਦੀ ਹੈ ਤੇ ਹਰ ਤਰ੍ਹਾਂ ਦੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਬਹੁਤ ਅਸੀਂ ਜਿਹੜਾ ਬੇਸ ਹੈਗੇ ਆ ਅਸੀਂ ਤੇ ਸਾਡਾ ਐਡਰੈਸ ਹੈਗਾ 214 ਗ੍ਰੇਟ ਸਾਊਥ ਰੋਡ ਅਟਾਹੋ ਤੇ ਸਾਡਾ जी ਫੋਨ ਨੰਬਰ ਹੈਗਾ 0926007798 ਥੈਂਕ ਯੂ ਬਹੁਤ ਜੀ ਅੱਗੇ ਚੱਲ ਕੇ ਆਪਾਂ ਜਾਣਨਾ ਚਾਹਾਂਗੇ ਅੱਜ ਦਾ ਵਿਸ਼ਾ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਸਕਰੀਨ ਦੇ ਉੱਤੇ ਯੂਥ ਜਿਹੜਾ ਸਾਡਾ ਨਿਊਜ਼ੀਲੈਂਡ ਦਾ ਉਹਦੀ ਮੈਂਟਲ ਹੈਲਥ ਦੇ ਬਾਰੇ ਆ ਕਿਉਂਕਿ ਆਪਾਂ ਜਾਣਦੇ ਆ ਜਿਵੇਂ ਹਾਂ ਜੀ ਸ਼ੁਰੂਆਤੀ ਦੌਰ ਦੇ ਵਿੱਚ ਜ਼ਿਕਰ ਕਰ ਰਹੇ ਜੀ ਸੀ ਕਿ ਇਹ ਇੱਕ ਬਹੁਤ ਵੱਡੀ ਚੁਣੌਤੀ ਬਣ ਗਈ ਹੈ ਖਾਸ ਤੌਰ ਤੇ ਦੱਖਣੀ ਏਸ਼ੀਆਈ ਸਾਊਥ ਏਸ਼ੀਅਨ ਕਲਚਰ ਦੇ ਵਿੱਚ ਅਸੀਂ ਆਪਣੇ ਸੱਭਿਆਚਾਰ ਦੇ ਵਿੱਚ ਮੈਂਟਲ ਹੈਲਥ ਇਸ਼ੂਜ਼ ਬਾਰੇ ਅਕਸਰ ਗੱਲ ਕਿਉਂ ਨਹੀਂ ਕਰਦੇ ਵਜ੍ਹਾ ਕੀ ਹੈ ਹਾਂ ਪਰਮਿੰਦਰ ਸਿੰਘ ਜੀ ਇਹ ਥੋੜਾ ਵਿਸ਼ਾ ਜਿਹੜਾ ਜਿਹੜਾ ਮੈਂਟਲ ਹੈਲਥ ਨਾਲ ਰਿਲੇਸ਼ਨ ਹੈਗਾ ਇਹਨੂੰ ਅਕਸਰ ਇਹ ਨਹੀਂ ਕਿ ਖਾਲੀ ਇੰਡੀਆ ਨਹੀਂ ਕੋਈ ਵੀ ਜਿਹੜਾ ਉਹ ਖੁੱਲ੍ਹ ਕੇ ਸਾਹਮਣੇ ਆ ਕੇ ਕੰਮ ਕਰਨ ਨੂੰ ਤਿਆਰ ਨਹੀਂ ਹੈਗਾ ਔਰ ਡਿਸਕਸ ਕਰਨ ਚ ਸਾਰੇ ਹੈਜ਼ਿਟ ਹੀ ਕਰਦੇ ਹੈਗੇ ਨੇ ਅੱਛਾ ਜੀ ਕਿਉਂਕਿ ਥੋੜਾ ਵਿਸ਼ਾ ਜਿਹਾ ਹੈਗਾ ਆ ਇਸ ਕਰਕੇ ਵੀ ਅਸੀਂ ਮੈਂ ਤੇ ਨਹੀਂ ਕਹਿ ਰਹੀ ਕਿ ਇਹਨੂੰ ਐਜ਼ ਅ ਟਾਈਪ ਦੇਖਿਆ ਜਾਂਦਾ ਹੈਗਾ ਆ ਪਰ ਫਿਰ ਵੀ ਥੋੜਾ ਜਿਹਾ ਸੈਂਸਿਟਿਵ ਵਿਸ਼ਾ ਦੇਖ ਕੇ ਲੋਕੀ ਥੋੜਾ ਫਾਰਵਰਡ ਆਣਾ ਚ ਆਪਣੇ ਆਪ ਨੂੰ ਹੈਜ਼ਿਟੇਟ ਐਦਾਂ ਕਹਿ ਲਓ ਕਿ ਫੀਲ ਕਰਦੇ ਹੈਗੇ ਨੇ ਜੀ ਜੀ ਸੋ ਮੈਨੂੰ ਨਹੀਂ ਲੱਗਦਾ ਕਿ ਖਾਲੀ ਇੰਡੀਆ ਨਹੀਂ ਬਾਕੀ ਸਾਰੇ ਵੀ ਬਾਕੀ ਅਸੈਪਟ ਕਰਨ ਦੇ ਵਿੱਚ ਹੈਗਾ ਜੇ ਅਸੀਂ ਉਹਨੂੰ ਅਸੈਪਟ ਕਰਦੇ ਹੈਗੇ ਆ ਕਿ ਮੈਂਟਲ ਹੈਲਥ ਨੂੰ ਜੇ ਤੁਸੀਂ ਇੱਕ ਹੈਲਥ ਦੀ ਤਰ੍ਹਾਂ ਲੈਂਦੇ ਹੈਗੇ ਹੋ ਤੁਸੀਂ ਮੈਂਟਲ ਜੀ ਹੈਲਥ ਨੂੰ ਸਿਰਫ ਇਹ ਨਾ ਦੇਖੋ ਕਿ ਉਹ ਕਿਸ ਨਾਲ ਰਿਲੇਟਡ ਆ ਉਹਨੂੰ ਇੱਕ ਹੈਲਥ ਦੇ ਵਿੱਚ ਲਓ ਤਾਂ ਜੀ ਫਿਰ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਬਹੁਤ ਵੱਡਾ ਜੇ ਅਸੀਂ ਅਸੈਪਟ ਵੀ ਕਰ ਲੈਂਦੇ ਆ ਤੇ ਡਸਨਟ ਮੈਟਰ ਹੈਨਾ ਠੀਕ ਹੈ ਆਈ ਥਿੰਕ ਇਟਸ ਓਕੇ ਟੂ ਆਸਕ ਫਾਰ ਹੈਲਪ ਜੀ ਜੀ ਮੈਂ ਤੇਰੇ ਸੋਚ ਅੱਛਾ ਰਹੀ ਸੀ ਜੇ ਤੁਸੀਂ ਕਿਸੇ ਵੀ ਹੈਲਪ ਚੀਜ਼ ਦੇ ਤਾਂ ਨਾਲ ਆਪਾਂ ਉਹਦੀ ਬਾਅਦ ਮਾੜਾ ਵੀ ਗੱਲ ਮਤਲਬ ਕਰ ਜ਼ਰੂਰੀ ਰਹੇ ਲਾਂਗੇ ਤੇ ਕੋਈ ਨਹੀਂ ਸਾਨੂੰ ਫੈਸਿਲਿਟੀਜ਼ ਹੈਗੀਆਂ ਵਾਈ ਨਾਟ ਵੀ ਆਸਕ ਫਾਰ ਹੈਲਪ ਜੀ ਇਹ ਗੱਲ ਮੈਂ ਅੰਡਰਸਟੈਂਡ ਕਰ ਰਿਹਾ ਜਿਹੜੀ ਨਿਸ਼ਾਨਦੇਹੀ ਆ ਕਿਸੇ ਵੀ ਬਿਮਾਰੀ ਨੂੰ ਪਹਿਲਾਂ ਡਾਇਗਨੋਸ ਕਰਨਾ ਬੜਾ ਲਾਜ਼ਮੀ ਹੈ ਮੋਟੇ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਸਾਡੇ ਜਿਹੜੇ ਪੇਰੈਂਟਸ ਨੇ ਜਾਂ ਉਹਨਾਂ ਦੇ ਬੱਚੇ ਛੋਟੇ ਛੋਟੇ ਜਾਂ ਇੱਥੋਂ ਦੇ ਬੌਰਨ ਜਿਹੜੇ ਭਾਰਤੀ ਭਾਈਚਾਰੇ ਦੇ ਬੱਚੇ ਨੇ ਉਹਨਾਂ ਦੇ ਵਿਚਾਲੇ ਜਿਹੜਾ ਮਾਂ-ਬਾਪ ਦਾ ਤੇ ਬੱਚਿਆਂ ਦਾ ਜਨਰੇਸ਼ਨਲ ਗੈਪ ਆ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਕਸੂਰਵਾਰ ਹੈ ਤੁਸੀਂ ਮੰਨਦੇ ਹੋ ਕਿਤੇ ਪੇਰੈਂਟਿੰਗ ਸਕਿੱਲਸ ਜਿਹੜੀਆਂ ਨੇ ਉਹ ਵੀ ਬਿਹਾਈਂਡ ਦਾ ਸੀਨ ਕਿਤੇ ਨਾ ਕਿਤੇ ਇਹਦੇ ਵਿੱਚ ਜ਼ਿੰਮੇਵਾਰ ਨੇ ਮੈਂ ਤਾਂ ਨਹੀਂ ਕਹਿ ਸੀ ਮੈਨੂੰ ਇਦਾਂ ਨਹੀਂ ਲੱਗਦਾ ਕਿ ਐਗਜ਼ੈਕਟਲੀ ਕਸੂਰਵਾਰ ਹੈ ਕਿਉਂਕਿ ਇਹ ਤੇ ਡਿਪੈਂਡ ਹੈ ਫੈਮਿਲੀ ਟੂ ਫੈਮਿਲੀ ਕਿ ਕੌਣ ਇਹਨੂੰ ਜਾ ਕੇ ਆਪਣੇ ਘਰ ਦੇ ਵਿੱਚ ਖੁੱਲ ਕੇ ਨਹੀਂ ਹੈ ਕਰਦਾ ਪਰ ਮੈਨੂੰ ਲੱਗਦਾ ਹੈ ਕਿ ਮੈਂ ਇਸ ਤੋਂ ਪਹਿਲੇ ਤੁਹਾਡੀ ਇਸ ਸਵਾਲ ਦੇ ਜਵਾਬ ਤੋਂ ਪਹਿਲੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਹੁਣ ਰੀਸੈਂਟਲੀ ਸਪਟੰਬਰ ਤੋਂ ਲੈ ਕੇ 3 ਅਕਤੂਬਰ ਤੱਕ ਮੈਂਟਲ ਹੈਲਥ ਅਵੇਅਰਨੈਸ ਆਪਣਾ ਵੀਕ ਮਨਾਇਆ ਗਿਆ
ਮੈਨੂੰ ਨਹੀਂ ਪਤਾ ਕਿ ਕਿੰਨੇ ਕੁ ਲੋਕ ਇਸ ਤੋਂ ਅਵੇਅਰ ਸੀਗੇ ਕਿ ਨਹੀਂ, ਹੈ ਨਾ? ਤੋ ਕਿਉਂਕਿ ਜੇ ਅਸੀਂ ਅਵੇਅਰ ਹੀ ਨਹੀਂ ਹੁੰਦੇ ਤੇ ਅਸੀਂ ਅਸੀਂ ਉਹ ਜਿਹੜੀਆਂ ਸਰਵਿਸਿਜ਼ ਹੈਗੀਆਂ ਉਹਦੇ ਬਾਰੇ ਕਿੱਦਾਂ ਡਿਸਕਸ ਕਰੀ, ਵੀ ਤੁਸੀਂ ਕਹੋ ਕਿ ਪੇਰੈਂਟਿੰਗ ਜਾਂ ਇੱਦਾਂ ਕਹਿ ਲਓ ਕਿ ਬੱਚੇ ਅੱਗੇ ਨਹੀਂ ਆ ਰਹੇ ਜਾਂ ਇੱਦਾਂ, ਇੱਦਾਂ ਵੀ ਨਹੀਂ ਹੈਗਾ, ਪਰ ਉਹਨੂੰ ਉਹਨੂੰ ਅਵੇਅਰਨੈਸ ਕਿੰਨੀ ਜ਼ਿਆਦਾ ਹੈ ਇਹ ਦੇਖਣ ਦੀ ਲੋੜ ਹੈ ਜੀ ਤੇ ਕਿਹੜੀਆਂ ਅਵੇਲੇਬਲ ਹੈ। ਜੀ ਹੁਣ ਇੱਦਾਂ ਹੈ ਕਿ ਵਾਈਡਰ ਕਮਿਊਨਿਟੀ ਦੇ ਵਿੱਚ ਜਿਹੜੀਆਂ ਸਰਵਿਸ ਹੈ ਕੀ ਅਸੀਂ ਉਹਨੂੰ ਲੈ ਰਹੇ ਹਾਂ, ਜਾਂ ਫਿਰ ਸਾਡੇ ਉਹਦੇ ਵਿੱਚ ਆਲਰੇਡੀ ਹੁੰਦਾ ਹੀ ਨਹੀਂ ਹੈ। ਇਹ ਜੋ ਕਿ ਕਹਿ ਠੀਕ ਹੈ ਸਕਦੀ ਹਾਂ ਕਿ ਆਪਣੇ ਇੰਡੀਅਨ ਕਮਿਊਨਿਟੀ ਦੇ ਵਿੱਚ ਇੱਕ ਸਰਵਿਸਿਜ਼ ਨਹੀਂ ਅਵੇਲੇਬਲ ਹੈਗੀਆਂ ਆ, ਇੰਪੋਸੀਬਲ ਜੀ ਹੈ, ਮੈਨੂੰ ਤੇ ਨਹੀਂ ਨਜ਼ਰ ਆਉਂਦੀਆਂ ਹੈਗੀਆਂ। ਬਾਕੀ ਜੇ ਦੇਖੋ, ਤੁਸੀਂ ਮੈਨੂੰ ਇਹ ਵੀ ਕਹੋਗੇ ਲੱਗਦਾ ਵੀ ਪੇਰੈਂਟਸ ਜਿਹੜਾ ਔਰ ਬੱਚਿਆਂ ਸੰਘਰਸ਼ ਦੇ ਹੈ ਵਿੱਚ, ਸਾਡਾ ਹਾਂ ਕਮਿਊਨਿਟੀ ਵੀ ਹੋ ਦਾ, ਸਕਦਾ, ਨਹੀਂ ਹੋ ਜਿਹੜਾ ਸਕਦਾ, ਸਾਡਾ ਜਿਹੜਾ ਸਾਡਾ ਸਟਰਗਲ ਹੈ ਨਾ ਇੱਥੇ ਆ ਕੇ, ਇੱਕ ਮਾਈਗ੍ਰੈਂਟ ਕਮਿਊਨਿਟੀ ਜਦੋਂ ਸੈਟਲ ਹੋਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਆ, ਇਨ ਦਾ ਮੀਨ ਟਾਈਮ ਉਹਨੂੰ ਬਹੁਤ ਲੰਬੇ ਆਵਰਸ, ਲੌਂਗ ਆਵਰਸ ਕੰਮ ਕਰਨਾ ਪੈਂਦਾ। ਬੱਚੇ ਉਸ ਦੌਰਾਨ ਜਵਾਨ ਹੋ ਰਹੇ ਹੁੰਦੇ ਆ, ਟੀਨੇਜਰਸ ਸਿਚੁਏਸ਼ਨ ਦੇ ਵਿੱਚ ਹੁੰਦੇ ਆ, ਫੇਸ ਦੇ ਵਿੱਚ ਹੁੰਦੇ ਆ, ਉਦੋਂ ਜਿਹੜਾ ਇੱਕ ਗੈਪ ਆ ਇਨ ਬਿਟਵੀਨ, ਕਿਤੇ ਨਾ ਕਿਤੇ ਉਹ 'ਚ ਮੇਰਾ ਖਿਆਲ ਆ ਵੀ ਆਪਾਂ ਉਹ ਚੀਜ਼ ਤੋਂ ਮਿਸ ਕਰ ਜਾਂਦੇ ਹਾਂ ਕਿ ਬੱਚੇ ਨੂੰ ਅਸਲ ਦੇ ਵਿੱਚ ਚਾਹੀਦਾ ਕੀ ਆ, ਉਹਦੇ ਨਾਲ ਬੈਠ ਕੇ ਡਿਸਕਸ਼ਨ ਕਰਨੀ, ਉਹਦੇ ਜਿਹੜੇ ਵੀ ਰੋਜ਼ਮਰਰਾ ਦੇ ਮੁੱਦੇ ਆ, ਚਾਹੇ ਉਹ ਸਕੂਲ ਦੇ ਵਿੱਚ ਜਾ ਰਿਹਾ, ਚਾਹੇ ਉਹ ਨਵੇਂ ਕਾਰੋਬਾਰ ਦੇ ਵਿੱਚ ਜਾ ਰਿਹਾ, ਨਵੇਂ ਸੈਟਅਪ ਦੇ ਵਿੱਚ, ਆਈ ਥਿੰਕ ਕਿਤੇ ਨਾ ਕਿਤੇ ਇੱਥੇ ਫਿਰ ਉਹ ਕਈ ਵਾਰ ਚੁੱਪ ਕਰ ਜਾਂਦਾ। ਸੋ ਉਹਨੂੰ ਹੀ ਸ਼ੁਰੂਆਤ ਮੰਨਿਆ ਜਾਵੇ ਮੈਂਟਲ ਹੈਲਥ ਇਸ਼ੂਜ਼ ਦੀ, ਸੋ ਉਹਦੇ ਵਿੱਚ ਪੇਰੈਂਟਸ ਜਿਹੜੇ ਨੇ ਉਹ ਕਿਵੇਂ ਵਧੀਆ ਭੂਮਿਕਾ ਨਿਭਾ ਸਕਦੇ ਨੇ। ਨਹੀਂ ਠੀਕ ਹੈ, ਤੁਹਾਡੀ ਆਵਾਜ਼ ਐਗਜੈਕਟਲੀ ਕਲੀਅਰ ਨਹੀਂ ਸੁਣਾਈ ਦੇ ਰਹੀ, ਪਰ ਮੈਂ ਕੱਟ ਕੱਟ ਕੇ ਸੁਣ ਰਹੀ ਹੈਗੀ ਆ, ਪਰ ਮੈਂ ਅੰਦਾਜ਼ਾ ਲਗਾ ਕਿ ਤੁਸੀਂ ਕੀ ਬੋਲ ਰਹੇ ਹੋ। ਆਈ ਡੋਨਟ ਨੋ, ਓਕੇ ਮੈਂ ਜਾਂ ਮਾਈਕ ਦੇ ਕਿਤੇ ਪ੍ਰੋਬਲਮ, ਤੁਹਾਡੀ ਗੱਲ ਨਾਲ ਤੇ ਸਹਿਮਤ ਕਰ ਸਕਦੀ ਹਾਂ ਕਿ ਹਾਂ ਗੈਪ ਹੋ ਸਕਦਾ ਹੈਗਾ, ਪਰ ਹੁਣ ਅੱਜ ਕੱਲ੍ਹ ਦੇਖਿਆ ਜਾਏ ਤੇ ਸਕੂਲਾਂ ਦੇ ਵਿੱਚ ਐਵਰੀਥਿੰਗ ਇਜ਼ ਅਵੇਲੇਬਲ, ਤੇ ਉਹਨੂੰ ਅਸੈਸ ਕਿੰਨਾ ਕੀਤਾ ਜਾਂਦਾ ਹੈ। ਹੁਣ ਜੀ ਮੈਂ ਸਕੂਲਾਂ ਦੇ ਵਿੱਚ ਕਿ ਜਾਂ ਸਕੂਲਾਂ ਦੇ ਵਿੱਚ ਜਾਂ ਵਰਕ ਪਲੇਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਪਿੰਕ ਸ਼ਰਟ ਡੇ ਮਨਾਇਆ ਜਾਂਦਾ ਹੈ। ਮੈਂ ਜਾਣਦੀ ਰਹਿੰਦੀ ਕਿ ਕਿੰਨੇ ਲੋਕ ਕੈਂਪੇਨ ਦੇ ਰੋਲੀ ਮੈਂਟਲ ਹੈਲਥ ਫਾਊਂਡੇਸ਼ਨ ਹੈਗੀ ਉਹ ਬਣਾਉਂਦੀ। ਜੀ ਮੈਂ ਇੰਨਾ ਜਾਣਨਾ ਚਾਹੁੰਦੀ ਕਿ ਕਿੰਨੇ ਪੇਰੈਂਟਸ ਹੈਗੇ ਨੇ ਉਹ ਕਦੀ ਆਪਣੇ ਬੱਚਿਆਂ ਨੂੰ ਜੇ ਉਹ ਪੁੱਛਦੇ ਹੈਗੇ ਨੇ, ਹਾਂ ਤਾਂ ਤੁਸੀਂ ਤੇ ਨਹੀਂ ਕਿਧਰੇ ਸਕੂਲਾਂ ਆਪਣੇ ਆਪਣੇ ਆ ਕੀ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਜਾਂ ਕਿਸੇ ਲੈਵਲ ਤੇ ਜਾ ਕੇ ਕਿਸੇ ਬੁਲਿੰਗ ਦੇ ਵਿੱਚ ਤਾਂ ਕੋਈ ਤੁਹਾਨੂੰ ਪ੍ਰੋਬਲਮ ਜੀ ਆ ਰਹੀ ਹੈ ਜਾਂ ਨਹੀਂ ਆ ਰਹੀ, ਜਾਂ ਤੁਸੀਂ ਦੇਖੋ ਹੁਣ ਵਰਕ ਪਲੇਸ ਤੇ ਵੀ ਐਸਾ, ਈਵਨ ਇਸੇ ਦੇ ਵਿੱਚ ਵੀ ਦੇਖੋ ਛੋਟੇ ਬੱਚਿਆਂ ਦੀ ਪ੍ਰਾਈਵੇਸੀ ਤੱਕ ਨੂੰ ਵੀ ਧਿਆਨ ਜਾਂਦਾ ਹੈਗਾ। ਤੋ ਹਾਂਜੀ ਹਾਂਜੀ ਸਰਵਿਸਿਜ਼ ਐ ਨਹੀਂ ਕਹਿੰਦੇ ਕਿ ਸਰਵਿਸਿਜ਼ ਅਵੇਲੇਬਲ ਨਹੀਂ ਹੈਗੀਆਂ, ਪਰ ਦੇਖਣਾ ਕਿ ਅਸੀਂ ਯੂਜ਼ ਕਰਦੇ ਹੈਗੇ ਆ ਕਿੰਨਾ ਕੁ, ਉਹਦੀ ਪ੍ਰੈਕਟਿਸ ਕਰਦੇ ਹਾਂ ਘਰਾਂ ਦੇ ਵਿੱਚ ਵੀ, ਜੀ ਕਿੰਨੀ ਪ੍ਰੈਕਟਿਸ ਕੀਤੀ ਜਾਂਦੀ ਹੈ, ਜਾਂ ਬੱਚੇ ਬੱਚੇ ਕਿੰਨਾ ਖੁੱਲ ਕੇ ਬੋਲ ਰਹੇ ਨੇ, ਪੇਰੈਂਟਸ ਕਿੰਨਾ ਖੁੱਲ ਕੇ ਉਹਨੂੰ ਲੈ ਰਹੇ ਨੇ। ਕਿਤੇ ਨਾ ਕਿਤੇ ਜਿਹੜੀ ਕਲਚਰਲ ਆਇਡੈਂਟੀ ਆ ਉਹਨੂੰ ਬਚਾਉਣ ਦੀ ਸੋ ਵੀ ਗੱਲ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਆ। ਡਿਸਕਸ਼ਨ ਦਾ ਵਾਈਡਰ ਡਿਸਕਸ਼ਨ ਨੇ ਲਈਦੀ ਹੈ ਜੀ। ਕਲਚਰਲ ਆਇਡੈਂਟੀ ਦਾ ਵੀ ਕਿਤੇ ਨਾ ਕਿਤੇ ਰੌਲਾ ਹੈ। ਸੋਰੀ ਆਈ ਕਾਂਟ ਹੇਅਰ ਯੂ ਪ੍ਰਮਿੰਦਰ। ਜੀ ਆਈ ਥਿੰਕ ਤੁਹਾਡਾ ਜਿੱਥੇ ਤੁਸੀਂ ਬੈਠੇ ਆ ਉੱਥੇ ਆਵਾਜ਼ ਜਿਹੜੀ ਨਾ ਤੁਹਾਡਾ ਨੈਟਵਰਕ ਇੰਨਾ ਵਧੀਆ ਨਹੀਂ ਹੈ। ਸੋ ਆਈ ਥਿੰਕ ਤੁਸੀਂ ਆਪਣੀ ਜੇ ਜਗ੍ਹਾ ਬਦਲੋ, ਮੈਂ ਤੁਹਾਨੂੰ ਦੁਬਾਰਾ ਗੱਲਬਾਤ ਦੇ ਵਿੱਚ ਸ਼ਾਮਿਲ ਕਰਾਂਗਾ। ਤੁਸੀਂ ਜੇ ਆਪਣੀ ਜਗ੍ਹਾ ਬਦਲ ਲੈਂਦੇ ਆ ਤਾਂ ਮੈਂ ਜ਼ਰੂਰ ਇਸ ਗੱਲਬਾਤ ਨੂੰ ਅੱਗੇ ਤੋਰਨਾ ਚਾਹੂੰਗਾ। ਜ਼ਰੂਰ ਆਪਾਂ ਅੱਗੇ ਚੱਲ ਕੇ ਇਸ ਦੇ ਉੱਤੇ ਚਰਚਾ ਜਿਹੜੀ ਹੈ ਉਹ ਕਰਦੇ ਚੱਲਾਂਗੇ। ਤੁਹਾਡਾ ਜਿਹੜਾ ਸਾਥ ਆ ਉਹ ਬਣਿਆ ਹੋਇਆ ਮੇਰੇ ਨਾਲ, ਖਾਸ ਤੌਰ 'ਤੇ ਜਿਹੜੇ ਯੂਥ ਦੇ ਮੈਂਟਲ ਹੈਲਥ ਇਸ਼ੂਜ਼ ਨੇ ਉਹਨਾਂ ਨੂੰ ਲੈ ਕੇ। ਸੋ ਦੁਬਾਰਾ ਇੱਕ ਵਾਰ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ। ਕਰਵਾਨ ਜੀ ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਆ? ਆਈ ਥਿੰਕ ਤੁਹਾਡੇ ਜਿਹੜੇ ਹਿੱਸੇ 'ਚ ਤੁਸੀਂ ਬੈਠੇ ਹੋ ਉੱਥੋਂ ਜਗ੍ਹਾ ਤੋਂ ਮੂਵ ਕਰਕੇ ਜੇ ਤੁਸੀਂ ਕਿਸੇ ਹੋਰ ਜਗ੍ਹਾ ਤੇ ਚਲੇ ਜਾਓ ਤਾਂ ਮੇਰਾ ਖਿਆਲ ਥੋੜੀ ਬਿਹਤਰ ਆਵਾਜ਼ ਆਏਗੀ। ਅਕਸਰ ਜਿਹੜੀ ਕਮਿਊਨੀਕੇਸ਼ਨ ਪੱਖੋਂ ਜੋ ਪ੍ਰੋਬਲਮ ਆ ਰਹੀ ਆ ਉਹਨਾਂ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੇਕਰ ਹੋ ਸਕੇ ਤਾਂ ਆਪਾਂ ਨਵੇਂ ਸਿਰੋਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਕਰਦੇ ਚੱਲਾਂਗੇ। ਲੇਕਿਨ ਇਨ ਦਾ ਮੀਨ ਟਾਈਮ ਜੇ ਦੇਖਦੇ ਹਾਂ ਤਾਂ ਨਿੰਮੀ ਬੇਦੀ ਹੋਣੀ ਬੜੇ ਲੰਬੇ ਸਮੇਂ ਤੋਂ ਇਸ ਖੇਤਰ ਦੇ ਵਿੱਚ ਜੁੜੇ ਹੋਏ ਨੇ, ਉਹਨਾਂ ਦੇ ਜਿਹੜੇ ਕਮੈਂਟ ਨੇ ਉਹ ਆ ਰਹੇ ਨੇ। ਨਾਲ ਨਾਲ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਜਿਹੜੀ ਲੋਕੇਸ਼ਨ ਹੈ ਉਹ ਚੇਂਜ ਕਰਨ ਦੀ ਜਿਹੜੀ ਗੱਲ ਹੈ ਉਹ ਉਹਨਾਂ ਤੱਕ ਪਹੁੰਚ ਜਾਵੇ, ਕਿਉਂਕਿ ਵਾਈਫਾਈ ਦੇ ਪੱਖੋਂ ਕਈ ਵਾਰੀ ਘਰ ਦੇ ਵਿੱਚ ਕੁਝ ਹਿੱਸੇ ਜਿਹੜੇ ਆ ਉਹ ਉਨੇ ਜ਼ਿਆਦਾ ਬਿਹਤਰ ਰਿਜ਼ਲਟ ਨਹੀਂ ਦੇ ਪਾਉਂਦੇ। ਸੋ ਬੀਤੇ ਸਮੇਂ ਦੇ ਵਿੱਚ ਵੀ ਸਾਡਾ ਜਿਹੜਾ ਤਜਰਬਾ ਇਸ ਮਾਮਲੇ ਦੇ ਵਿੱਚ ਰਿਹਾ। ਸੋ ਜਿੱਥੇ ਚੱਲ ਕੇ ਮੈਂ ਅੱਗੇ ਚੱਲ ਕੇ ਦੇਖਦਾ ਕਿ ਇਹ ਤਰ੍ਹਾਂ ਦੇ ਮੁੱਦੇ
ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਮਾਈਗ੍ਰੈਂਟਸ ਵੱਧ ਕਮਿਊਨਿਟੀ 'ਚ ਰਹਿੰਦੇ ਆ, ਜੇ ਉਹਨਾਂ ਦੇ ਕੰਪੈਰੇਟਿਵਲੀ ਇੱਕ ਹੋਰ ਇਲਾਕਾ ਦੇਖ ਲਈਏ ਜਿੱਥੇ ਮਾਈਗ੍ਰੈਂਟ ਘੱਟ ਕਮਿਊਨਿਟੀ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਰਹਿੰਦੇ ਨੇ, ਤਾਂ ਉਹਨਾਂ ਦੇ ਅੰਦਰ ਉਹ ਗੱਲਬਾਤ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਕਿ ਆਪਣੇ ਕਲਚਰਲ ਦੇਖ ਨੂੰ, ਆਪਣੇ ਸੱਭਿਆਚਾਰਕ ਪਛਾਣ ਨੂੰ ਬਚਾਉਣ ਦੀ ਲੜਾਈ ਜਿਹੜੀ ਹੈ ਉਹ ਬਹੁਤ ਸਾਰੇ ਲੋਕਾਂ ਨੂੰ ਲੜਨੀ ਪੈਂਦੀ ਹੈ, ਖਾਸ ਤੌਰ 'ਤੇ ਜਿਨ੍ਹਾਂ ਦੀ ਆਈਡੈਂਟੀ ਜਿਹੜੀ ਹੈ ਉਹ ਵੱਖਰੀ ਹੈ, ਵੱਖਰੀ ਅਪੀਅਰੈਂਸ ਵਾਲੇ ਦੇਖ ਵਾਲੇ ਜਿਹੜੇ ਲੋਕ ਨੇ, ਚਾਹੇ ਉਹ ਧਾਰਮਿਕ ਪੱਖ ਤੋਂ ਚਾਹੇ ਉਹ ਸਮਾਜਿਕ ਪੱਖ ਤੋਂ, ਉਹਨਾਂ ਨੂੰ ਵੀ ਕਾਫੀ ਸਟਰਗਲ ਕਰਨੀ ਪੈ ਰਹੀ ਹੈ। ਕਮਿਊਨਿਟੀ ਦੇ ਵਿੱਚ ਲੰਮੇ ਸਮੇਂ ਤੋਂ ਜਿਹੜੇ ਲੋਕ ਇਸ ਮਾਮਲੇ ਦੇ ਵਿੱਚ ਐਡਵਾਈਸ ਕਰਦੇ ਰਹੇ ਨੇ, ਉਹਨਾਂ ਦੇ ਵਿੱਚੋਂ ਨਿਮੀ ਬੇਦੀ ਵੀ ਇੱਕ ਨੇ, ਇਸੇ ਕਰਕੇ ਉਹਨਾਂ ਨੂੰ ਇਹ ਵਿਸ਼ਾ ਜਿਹੜਾ ਉਹਨਾਂ ਨੂੰ ਵਧੀਆ ਲੱਗਾ। ਸੋ ਮੈਂ ਕੋਸ਼ਿਸ਼ ਕਰ ਰਿਹਾ ਕੁਲਾਲ ਜੀ ਨਾਲ ਦੁਬਾਰਾ ਜੇ ਗੱਲ ਹੋ ਸਕੇ, ਕਿਉਂਕਿ ਘਰ ਦੇ ਦੂਸਰੇ ਹਿੱਸੇ 'ਚ ਆਫਿਸ ਦੇ ਦੂਜੇ ਹਿੱਸੇ ਦੇ ਵਿੱਚ ਜਾ ਕੇ ਕੋਸ਼ਿਸ਼ ਕਰਨਗੇ ਜਿੱਥੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਸ ਨੂੰ ਜਾਰੀ ਰੱਖਿਆ ਜਾ ਸਕੇ। ਇਹ ਜਿਹੜੇ ਵਿਸ਼ੇ ਨੇ ਇਸ ਦੇ ਲਈ ਬੁਨਿਆਦੀ ਤੌਰ ਤੇ ਮੈਂ ਸਾਜਨ ਗੁਰਪ੍ਰੀਤ ਅਰੋੜਾ ਹੁਣ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਵੱਖ ਵੱਖ ਏਜੰਸੀਜ਼, ਵੱਖ ਵੱਖ ਸਪੋਰਟ ਗਰੁੱਪ ਜਿਹੜੇ ਨੇ ਐਲਡਰ ਅਬਿਊਜ਼ ਤੋਂ ਲੈ ਕੇ, ਜਿਵੇਂ ਕੱਲ ਅਸੀਂ ਐਲਡਰ ਅਬਿਊਜ਼ ਦੇ ਉੱਤੇ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ, ਸ਼ਾਂਤੀ ਨਿਵਾਸ ਦੇ ਜਿਹੜੇ ਨੀਲਮਾ ਵੈਂਕਟ ਜੀ ਨੇ ਉਹਨਾਂ ਦੇ ਨਾਲ, ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਆਪਣੇ ਯੂਥ ਨੂੰ ਲੈ ਕੇ, ਆਪਣੇ ਬਜ਼ੁਰਗਾਂ ਨੂੰ ਲੈ ਕੇ, ਆਪਣੇ ਸਮਾਜ ਦੇ ਵਿੱਚ ਜੋ ਜੋ ਕੁਝ ਹੋਣਾ ਬਾਕੀ ਹੈ ਉਸ ਦੇ ਉੱਤੇ 10-15 ਮਿੰਟ ਜਾਂ 20 ਮਿੰਟ ਦੀ ਗੱਲਬਾਤ ਜਿਹੜੀ ਹੈ ਉਸ ਨੂੰ ਜ਼ਰੂਰ ਕੰਟੀਨਿਊ ਰੱਖਿਆ ਕਰਾਂਗੇ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਦੇ ਵਿੱਚ ਆਪਣਾ ਸਹਿਯੋਗ ਜਿਹੜਾ ਉਹ ਜ਼ਰੂਰ ਦਿੰਦੇ ਚਲੋਗੇ। ਇਸ ਮੁਲਕ ਦੇ ਵਿੱਚ ਜਦੋਂ ਅਸੀਂ ਮੋਟੇ ਤੌਰ ਤੇ ਜ਼ਿਕਰ ਕਰਦੇ ਹਾਂ ਤੇ ਖਾਸ ਤੌਰ ਤੇ ਕੋਵਿਡ ਦੇ ਲੋਕਡਾਊਨ ਦੇ ਦੌਰਾਨ ਬਹੁਤ ਸਾਰੇ ਲੋਕ ਨੇ ਜਿਹੜੇ ਚਿੰਤਾ ਦੇ ਵਿੱਚ ਨੇ, ਜਿਹੜੇ ਇਸ ਮਸਲੇ ਦੇ ਉੱਤੇ ਆਪਣੀ ਗੱਲ ਜਿਹੜੀ ਆ ਉਹ ਕਹਿਣ ਤੋਂ ਅਸਮਰੱਥ ਨੇ, ਲੇਕਿਨ ਲੋੜ ਹੈ ਉਹਨਾਂ ਨੂੰ ਸਹੀ ਪਹੁੰਚ ਕਰਨ ਦੀ, ਕਿਉਂਕਿ ਨਿਊਜ਼ੀਲੈਂਡ ਸਿੱਖ ਵੁਮੈਨ ਐਸੋਸੀਏਸ਼ਨ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਖਾਸ ਤੌਰ ਤੇ ਇਸ ਤਰ੍ਹਾਂ ਦੇ ਈਵੈਂਟਸ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ। ਤੁਸੀਂ ਭਾਵੇਂ ਕਿ ਪੁਲਿਸ ਨਾਲ ਸਿੱਧੀ ਪਹੁੰਚ ਵੀ ਬਣਾ ਸਕਦੇ ਹੋ, ਲੇਕਿਨ ਕਈ ਵਾਰ ਸਾਡੇ ਸੱਭਿਆਚਾਰਕ ਪੱਖ ਤੋਂ ਜਾਂ ਘਰਾਂ ਦੇ ਵਿੱਚ ਇਸ ਗੱਲ ਨੂੰ ਬਹੁਤਾ ਹੈਵੀ ਨਹੀਂ ਮੰਨਿਆ ਜਾਂਦਾ, ਸੋ ਕਈ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਅਸਲ ਦੇ ਵਿੱਚ ਪੁਲਿਸ ਮੈਟਰ ਨਹੀਂ ਹੁੰਦੀਆਂ, ਜਿਨ੍ਹਾਂ ਦੇ ਵਿੱਚ ਇਹ ਵੀ ਸਮੱਸਿਆ ਇੱਕ ਹੈ ਕਿ ਮੈਂਟਲ ਹੈਲਥ ਇਸ਼ੂ ਹੈ ਜੇ ਤੁਹਾਨੂੰ, ਤੇ ਤੁਸੀਂ ਜਿਹੜੀਆਂ NGOs ਨੇ ਉਹਨਾਂ ਦੇ ਨਾਲ ਸਤਾ ਸੰਪਰਕ ਕਰ ਸਕਦੇ ਹੋ। ਸੋ ਨਿਊਜ਼ੀਲੈਂਡ ਸਿੱਖ ਵੁਮੈਨ ਐਸੋਸੀਏਸ਼ਨ ਦੇ ਪ੍ਰਤੀਨਿਧਤਾ ਕਰਦੇ ਹਾਂ ਕੁਲਵੰਤ ਜੀ ਗੱਲਾਂ ਬਾਤਾਂ ਕਰ ਰਹੇ ਸਨ, 270-0798 ਉਹਨਾਂ ਦਾ ਫੋਨ ਨੰਬਰ ਹੈ, ਜਾਂ ਤੁਸੀਂ ਈਮੇਲ ਦੇ ਰਾਹੀਂ office@nzswa.org ਉੱਤੇ ਵੀ ਇਸ ਵਿਸ਼ੇ ਬਾਰੇ ਗੱਲਾਂ ਬਾਤਾਂ ਕਰ ਸਕਦੇ ਹੋ। ਸੋ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਦੇ ਨਾਲ ਦੁਬਾਰਾ ਰਾਬਤਾ ਜਿਹੜਾ ਮੇਰਾ ਹੋ ਸਕੇ, ਸੋ ਇਸ ਦੌਰਾਨ ਜਿਹੜੀ ਗੱਲਬਾਤ ਹੈ ਮੈਂ ਉਸ ਨੂੰ ਤੁਹਾਡੇ ਤੱਕ ਲੈ ਕੇ ਹਾਜ਼ਰ ਹੋ ਰਿਹਾ ਸਾਂ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਵੱਖ ਵੱਖ ਵਿਸ਼ਿਆਂ ਉੱਤੇ, ਕਹਿਣ ਤੋਂ ਭਾਵ ਆਉਣ ਵਾਲੇ ਕੱਲ੍ਹ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਅਸੀਂ ਵੱਖ ਵੱਖ ਸੰਸਥਾਵਾਂ ਦੇ ਨਾਲ ਇੱਕ ਪੂਰਾ ਜਿਹੜਾ ਟਾਈਮ ਟੇਬਲ ਹੈ ਉਹ ਤਿਆਰ ਕੀਤਾ ਹੋਇਆ, ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਸੀਂ ਜ਼ਰੂਰ ਔਨ ਬੋਰਡ ਲੈ ਕੇ ਆਈਏ, ਤੁਹਾਡੇ ਕਮੈਂਟਸ ਹੋਣ, ਤੁਹਾਡੇ ਸੁਝਾਅ ਹੋਣ, ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਜ਼ਰੂਰ ਕਰਨਾ ਚਾਹਾਂਗੇ। ਸੋ ਮੈਨੂੰ ਲੱਗਦਾ ਵੀ ਹਾਲੇ ਕੁਲਵੰਤ ਜੀ ਜਿਹੜੇ ਨੇ ਉਹ ਰੈਡੀ ਨਹੀਂ, ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਦੇ ਨਾਲ ਦੁਬਾਰਾ ਰਾਬਤਾ ਆਪਣਾ ਹੋ ਸਕੇ, ਕਿਉਂਕਿ ਉਹਨਾਂ ਨੂੰ ਮੇਰਾ ਸਵਾਲ ਜੇਕਰ ਸਪਸ਼ਟ ਤੌਰ 'ਤੇ ਸੁਣਾਈ ਨਹੀਂ ਦਿੰਦਾ ਉਹਨਾਂ ਹਾਲਾਤਾਂ ਦੇ ਵਿੱਚ, ਫਿਰ ਉਹਨਾਂ ਦਾ ਜਵਾਬ ਜਿਹੜਾ ਉਹਦੀ ਵੀ ਤਵੱਕੋ ਵੀ ਸਾਫ ਜਿਹੜੀ ਆ ਉਹ ਨਹੀਂ ਰੱਖਣੀ ਚਾਹੀਦੀ। ਸੋ ਇੱਕ ਵਾਰ ਫਿਰ ਮੈਂ ਕੋਸ਼ਿਸ਼ ਕਰਦਾ ਕੁਲਵੰਤ ਜੀ ਨੂੰ ਆਪਣੇ ਨਾਲ ਔਨ ਬੋਰਡ ਲੈਣ ਦੀ। ਸੋ ਕੁਲਵੰਤ ਜੀ, ਮੇਰੀ ਆਵਾਜ਼ ਤੁਹਾਨੂੰ ਕਲੀਅਰ ਸੁਣ ਰਹੀ ਆ ਹੁਣ? ਲੋਕੇਸ਼ਨ ਵੀ ਚੇਂਜ ਕੀਤੀ, ਪਰ ਆਈ ਡੋਨਟ ਨੋ, ਇਸ ਮੇਰੀ ਕੋਈ ਪ੍ਰੋਬਲਮ ਆ ਰਹੀ ਹੋਈ। ਹਾਂਜੀ ਜੀ ਜੀ ਜੀ, ਪਰ ਮੈਨੂੰ ਤੁਹਾਡੀ ਆਵਾਜ਼ ਹੁਣ ਪਹਿਲਾਂ ਨਾਲੋਂ ਠੀਕ ਆ ਰਹੀ ਹੈ। ਮੈਨੂੰ ਤੁਹਾਡੀ ਆਵਾਜ਼ ਪਹਿਲਾਂ ਨਾਲੋਂ ਠੀਕ ਆ ਰਹੀ ਹੈ। ਸੋ ਮੈਨੂੰ ਲੱਗਦਾ ਕਿ ਆਪਣਾ ਸੰਪਰਕ ਨਹੀਂ ਬਣ ਰਿਹਾ, ਲੇਕਿਨ ਇਸ ਗੱਲਬਾਤ ਨੂੰ ਆਪਾਂ ਜ਼ਰੂਰ ਥੋੜ੍ਹਾ ਠਹਿਰ ਕੇ ਇਸ ਨੂੰ ਜ਼ਰੂਰ ਜਾਰੀ ਰੱਖਾਂਗੇ। ਕੁਲਵੰਤ ਜੀ, ਮੇਰੀ ਆਵਾਜ਼ ਆ ਰਹੀ ਤੁਹਾਨੂੰ? ਤੁਹਾਡੀ ਆਵਾਜ਼ ਆਉਂਦੀ ਕੱਟ ਕੇ। ਜੀ ਜੀ, ਆਈ ਥਿੰਕ ਤੁਹਾਡੇ ਘਰ 'ਚ ਜਿਹੜਾ ਵਾਈਫਾਈ ਦਾ ਥੋੜ੍ਹਾ ਜਿਹਾ ਇਸ਼ੂ ਹੈ, ਲੇਕਿਨ ਤੁਸੀਂ ਮੈਨੂੰ ਇੰਨਾ ਜ਼ਰੂਰ ਦੱਸੋ ਕਿ ਜਿਹੜਾ ਸਪੋਰਟ ਗਰੁੱਪਸ ਨੇ ਜਾਂ ਜਿਹੜੀਆਂ ਸੰਸਥਾਵਾਂ ਇਸ ਮਾਮਲੇ 'ਚ ਮਦਦ ਕਰਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਜ਼ਰੂਰ ਦਿਓ। ਮੈਂਟਲ ਹੈਲਥ ਇਸ਼ੂ ਦੇ ਬਾਰੇ ਕਿਹੜੇ ਕਿਹੜੇ ਗਰੁੱਪਸ ਜਾਂ ਏਜੰਸੀਜ਼ ਨੇ ਜਿਹੜੀਆਂ ਹੈਲਪ ਕਰ ਰਹੀਆਂ ਨੇ? ਹਾਂਜੀ, ਤਾਂ ਮੈਂ ਤੁਹਾਨੂੰ ਉਹਦੇ ਬਾਰੇ ਇੰਨਾ ਦੱਸ ਸਕਦੀ ਹੈਗੀ ਹਾਂ ਕਿ ਮੈਂਟਲ ਹੈਲਥ ਫਾਊਂਡੇਸ਼ਨ ਆਲਰੇਡੀ ਕਾਫੀ ਅੱਛਾ ਕੰਮ ਕਰ ਰਹੀ ਹੈਗੀ ਹੈ। ਬਾਕੀ ਸਾਡੇ ਸਕੂਲਾਂ ਦੇ ਵਿੱਚ ਬਹੁਤ ਹੀ ਕਾਫੀ ਕੁਛ ਬੱਚਿਆਂ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈਗੀ ਹੈ, ਜਿਹਦੇ ਵਿੱਚ ਤੇ ਪੌਜ਼, ਬ੍ਰੀਦ ਐਂਡ ਸਮਾਈਲ, ਇਹਦੇ ਐਵੀਡੈਂਸ ਬੇਸਡ ਪ੍ਰੋਗਰਾਮਸ ਹੈਗੇ ਨੇ। ਤੇ ਉਸ ਤੋਂ ਇਲਾਵਾ ਤੁਸੀਂ ਯੂਥ ਲਾਈਨ ਨੂੰ ਦੇਖ ਲਓ, ਬਹੁਤ ਅੱਛਾ ਕੰਮ ਕਰ ਰਹੀ ਹੈ। ਪਰ ਮੈਂ ਸੋਚੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਵੀ ਹੈ ਤੇ ਉਹਨੂੰ ਸਭ ਤੋਂ ਪਹਿਲੇ ਆਪਣੇ GP ਨਾਲ ਡਿਸਕਸ ਕਰਨਾ ਚਾਹੀਦਾ ਹੈਗਾ। ਜੇ ਤੁਸੀਂ ਆਪਣੇ GP ਨਾਲ ਡਿਸਕਸ ਕਰਦੇ ਹੋ ਉਹ ਵੀ ਬਹੁਤ ਹੀ ਮਤਲਬ ਠੀਕ ਰਹੇਗਾ, ਕਿਉਂਕਿ ਉਹ ਤੁਹਾਨੂੰ ਕਾਫੀ ਅੱਗੇ
ਅੱਗੇ ਤੁਹਾਨੂੰ ਭੇਜ ਸਕਦੇ ਹੈਗੇ ਨੇ। ਤੇ ਸਾਡੇ ਜਿਹੜੇ ਸਿੱਖ ਵੂਮਨ ਐਸੋਸੀਏਸ਼ਨ ਦੇ ਅਜੇ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਦੇਖੀਏ ਤੇ ਅਸੀਂ ਯੂਥ ਲੀਡਰਸ਼ਿਪ ਕਰਦੇ ਹੈਗੇ ਆ, ਟੀਨੇਜਰ ਪ੍ਰੋਗਰਾਮਸ ਵੀ ਕਰਦੇ ਹੈਗੇ ਆ, ਅੰਦਰ ਇੰਟਰਨੈਸ਼ਨਲ ਸਟੂਡੈਂਟਸ ਉੱਤੇ ਵੀ ਸਾਡਾ ਪ੍ਰੋਗਰਾਮ ਹੁੰਦੇ ਹੈਗੇ ਨੇ, ਤੇ ਇਦਾਂ ਹੋਰ ਵੀ ਆਰਗੇਨਾਈਜੇਸ਼ਨ ਜਿਹੜੀਆਂ ਹੋਣਗੇ ਕੰਮ ਕਰਨ। ਪਰ ਅਸੀਂ ਅਸੀਂ ਇੰਨਾ ਦਾਵਾ ਕਰ ਸਕਦੇ ਹਾਂ ਕਿ ਅਸੀਂ ਜੋ ਵੀ ਹੈਲਪ ਸਿੱਖ ਵੂਮਨ ਐਸੋਸੀਏਸ਼ਨ ਵੱਲੋਂ ਦੀ ਦਿੱਤੀ ਜਾ ਸਕੇਗੀ, ਡੈਫੀਨੇਟਲੀ ਅਸੀਂ ਉਹਦੇ ਲਈ ਤਿਆਰ ਰਹਿੰਦੇ ਹੈਗੇ ਹਾਂ। ਅਸੀਂ ਅਸੀਂ ਜੇ ਆਪ ਸਰਵਿਸਿਜ਼ ਨਹੀਂ ਪ੍ਰੋਵਾਈਡ ਕਰ ਸਕਦੇ, ਅਸੀਂ ਜਿਹੜੀਆਂ ਕਨੈਕਟਡ ਆਰਗੇਨਾਈਜੇਸ਼ਨਸ ਹੈਗੀਆਂ ਅਸੀਂ ਉਹਨਾਂ ਨੂੰ ਰੈਫਰ ਕਰ ਸਕਦੇ ਹੈਗੇ ਹਾਂ ਔਰ ਕਰਦੇ ਵੀ ਹੈਗੇ ਹਾਂ, ਜਿਹਦੇ ਵਿੱਚ ਕੌਂਸਲਿੰਗ ਵੀ ਬਹੁਤ ਵੱਡਾ ਵੱਡਾ ਹੱਥ ਜਿਹੜਾ ਉਹਦਾ, ਤੁਸੀਂ ਕੌਂਸਲਿੰਗ ਅਸੀਂ ਕਰ ਸਕਦੇ ਹਾਂ। ਤੇ ਯਾਨੀ ਕਿ ਕੌਂਸਲਿੰਗ ਦੇ ਅਸੀਂ ਅੱਗੇ ਭੇਜਦੇ ਹੈਗੇ ਹਾਂ ਕਿਉਂਕਿ ਅਸੀਂ ਆਪ ਕੌਂਸਲਿੰਗ ਨਹੀਂ ਕਰ ਸਕਦੇ, ਅਸੀਂ ਕੁਝ ਸੋਸ਼ਲ ਸਰਵਿਸਿਜ਼ 'ਚ ਡੀਲ ਕਰਦੇ ਹਾਂ। ਬਾਕੀ ਪਰਮਿੰਦਰ ਸਿੰਘ ਜੀ, ਜੇ ਮੇਰੀ ਆਵਾਜ਼ ਕਲੀਅਰ ਆ ਰਹੀ ਹੈਗੀ ਹੈ ਤੇ ਮੈਂ ਇਹਦੇ ਵਿੱਚ ਕੁਝ ਹੋਰ ਚੀਜ਼ਾਂ ਵੀ ਐਡ ਕਰ ਸਕਦੀ ਹਾਂ ਅੱਜ? ਅੱਛਾ ਜੀ, ਜੇ ਮੇਰੀ ਆਵਾਜ਼ ਕਲੀਅਰ ਆ ਰਹੀ, ਮੈਂ ਇੱਦਾਂ ਕਹਿਣਾ ਚਾਹੁੰਦੀ ਕਿ ਕਿਉਂਕਿ ਹੁਣ ਪੈਂਡੇਮਿਕ ਵੀ ਬਹੁਤ ਵੱਡਾ ਇੱਕ ਦੇ ਵਿੱਚ ਹੱਥ ਪਾ ਹੀ ਰਿਹਾ ਸੀ, ਹੁਣ ਸਾਰਾ ਕਿਉਂਕਿ ਪਰਿਵਾਰ ਘਰ ਦੇ ਵਿੱਚ ਹੈਗਾ, ਜਿਵੇਂ ਪੇਰੈਂਟਸ ਹੈਗੇ ਨੇ ਉਹਨਾਂ ਦੇ ਆਪਣੇ ਵਰਕਿੰਗ ਫਰੋਮ ਹੋਮ ਹੈਗੇ ਨੇ, ਉਹ ਬੱਚਿਆਂ ਉਹਨਾਂ ਦੀ ਆਪਣੇ ਕਲਾਸਿਸ ਹੈਗੀਆਂ ਆ। ਅੱਛਾ, ਫਿਰ ਦੇਖੋ ਗ੍ਰੈਂਡ ਪੇਰੈਂਟਸ ਵੀ ਘਰ ਹੈਗੇ ਨੇ, ਉਹਨਾਂ ਨੇ ਤੇ ਆਪਣਾ ਆਪਣੇ ਸਾਰੇ ਪ੍ਰੋਗਰਾਮ ਦੇਖਣੇ ਹੀ ਹੈਗੇ ਨਾ, ਤਾਂ ਹੁਣ ਇਹਦੇ ਵਿੱਚ ਵੀ ਇੱਕ ਸਟ੍ਰੈਸ ਲੈਵਲ ਨੂੰ ਇਹਨੇ ਕਿ ਉਹਨੂੰ ਕਾਬੂ ਕਰਨਾ ਇੱਕ ਲਿਟਲ ਬਿਟ ਮੈਨੂੰ ਲੱਗਦਾ ਕਿ ਚੈਲੰਜ ਹੋ ਗਿਆ ਹੈ। ਅੱਜ ਮੈਂ ਸਵੇਰੇ ਹੀ ਕੁਛ ਯੂਥ ਨਾਲ ਗੱਲ ਕਰ ਰਹੀ ਸੀ ਕਿ ਮੈਂ ਵੀ ਤੁਹਾਡੀ ਕੀ ਤੁਹਾਨੂੰ ਕੀ ਇਸ਼ੂ ਲੱਗਦੇ ਹੈਗੇ ਨੇ, ਉਹ ਬੋਲਦੇ ਵੀ ਇਸ਼ੂ ਤਾਂ ਇਹ ਵੇ ਕਿ ਰਾਤੀ ਹੋ ਜਾਂਦੇ ਆ ਲੇਟ, ਹੈ ਨਾ, ਕਿਉਂਕਿ ਡਿਜੀਟਲ ਟਾਈਮ ਬਹੁਤ ਜ਼ਿਆਦਾ ਹੋ ਗਿਆ। ਹੁਣ ਜੇ ਉਹ ਜੇ ਦਿਨ ਵੇਲੇ ਉਹ ਉਹਨਾਂ ਨੇ ਆਪਣੀ ਯੂਨੀਵਰਸਿਟੀ ਕੰਮ ਕਰਨਾ ਹੈ ਉਹ ਕਰ ਲੈਂਦੇ ਆ, ਔਰ ਉਸ ਤੋਂ ਬਾਅਦ ਫਿਰ ਚੱਕ ਮੂਵ ਦੇਖ ਲਈ ਯਾਰ ਟੀਵੀ, ਕਿਉਂਕਿ ਟਾਈਮਿੰਗ ਸਾਰਿਆਂ ਦਾ ਵੱਧ ਗਿਆ ਹੈਗਾ, ਫਿਰ ਡਿਵਾਈਸ ਦਾ ਵੀ ਆਉਂਦਾ ਹੈਗਾ, ਹੁਣ ਡਿਵਾਈਸ ਸਾਰਿਆਂ ਕੋਲ ਹੀ, ਸਾਨੂੰ ਇੱਕ ਹੁੰਦਾ ਕਿ ਹਾਂ ਮੈਨੂੰ ਵੀ ਡਿਵਾਈਸ ਚਾਹੀਦੀ ਹੈ, ਤੁਹਾਨੂੰ ਵੀ ਡਿਵਾਈਸ ਚਾਹੀਦੀ ਹੈਗੀ ਹੈ। ਤੇ ਹੁਣ ਮਾਂ ਜਿਹੜੇ ਹੁਣ ਗ੍ਰੈਂਡ ਪੇਰੈਂਟਸ, ਉਹਨਾਂ ਨੇ ਕਹਿਣਾ ਅਸੀਂ ਵੀ ਤਾਂ ਆਪਣੇ ਆਪਣੇ ਸਕੂ ਆਪਣੇ ਟੀਵੀ ਤੇ ਜਾ ਕੇ ਅਸੀਂ ਗੋਲਡਨ ਟੈਂਪਲ ਸੁਣਨਾ ਜਾਂ ਕਿੱਦਾਂ ਸੁਣਨਾ, ਉਹਨੂੰ ਵੀ ਕਹਿਣਾ ਪੈਂਦਾ ਵੀ ਥੋੜ੍ਹੀ ਜਿਹੀ ਆਵਾਜ਼ ਸਲੋ ਕਰ ਲਓ ਜੀ, ਹੈ ਨਾ। ਉਧਰੋਂ ਦੀ ਬੱਚਾ ਕਹਿ ਰਿਹਾ ਮੇਰੀ ਕਲਾਸ ਹੈ, ਮੈਨੂੰ ਆਪਣਾ ਰੂਮ ਚਾਹੀਦਾ, ਪਰ ਅਸੀਂ ਥੈਂਕ ਗੋਡ ਅਸੀਂ ਜਿਹੜੇ ਕੰਟਰੀ ਦੇ ਵਿੱਚ ਬੈਠੇ ਹੈਗੇ, ਚਲੋ ਘਰ ਥੋੜ੍ਹੇ ਵੱਡੇ ਹੈਗੇ ਨੇ, ਤੇ ਸਾਨੂੰ ਇਸ ਗੱਲ ਦਾ ਤੇ ਪੱਕਾ ਕੰਪੇਅਰ ਕਰ ਲੈਣਾ ਜਿਹਦੇ, ਦੇਖੋ ਤਾਂ ਇੰਡੀਆ 'ਚ ਕੀ ਹਾਲ ਆ, ਹੈ ਨਾ, ਜਿਹਦੇ ਵਿੱਚ ਛੋਟੇ ਘਰ ਹੈਗੇ ਨੇ, ਉਹ ਉਹਨਾਂ ਨੂੰ ਇਹ ਸਾਰੇ ਸਾਰੇ ਕੰਮ ਕਰਨੇ ਪੈਂਦੇ ਨੇ, ਤੇ ਉਹਦੇ ਵਿੱਚ ਕਿੱਦਾਂ ਚੱਲਦਾ ਹੈ ਕਿੱਦਾਂ, ਕਿਉਂਕਿ ਪੈਂਡਾ ਵੱਡਾ ਰੋਲ ਕਰ ਰਿਹਾ। ਸਾਲ ਹੋ ਗਏ, ਤੁਸੀਂ ਦੇਖ ਲਓ 2 ਸਾਲ ਦੇ ਵਿੱਚ ਕਿੰਨੀ ਵਾਰੀ ਕੰਮ ਹੋਏ ਆ, ਕਿੰਨਾ ਕੁਛ ਹੈ, ਔਰ ਇਹਦੇ ਵਿੱਚ ਕੋਈ ਅਚਾਨਕ ਫਿਰ ਤੁਹਾਨੂੰ ਸੁਣਨ ਨੂੰ ਮਿਲ ਜਾਂਦਾ ਕਿ ਉਹ ਅਚਾਨਕ ਇਸ ਦੀ ਡੈਥ ਹੋ ਗਈ ਜਾਂ ਇੰਡੀਆ ਵਿੱਚੋਂ ਦੀ ਕੋਈ ਖਬਰ ਮਿਲ ਜਾਂਦੀ ਹੈ, ਉਹਦਾ ਵੀ ਇੱਕ ਯਾਨੀ ਕਿ ਨੈਗੇਟਿਵ ਇਫੈਕਟ ਹੈਗੇ ਨੇ, ਪਰ ਨੈਗੇਟਿਵ ਨੂੰ ਪੋਜ਼ਿਟਿਵ ਦੇ ਵਿੱਚ ਕਿੱਦਾਂ ਬਦਲਣਾ ਇਹ ਜ਼ਰੂਰੀ ਹੈ ਜੀ। ਉਹਦਾ ਲੱਗਦਾ ਸੋ ਬੱਚੇ ਜਿਹੜੇ ਜਿਹੜਾ ਸਾਡਾ ਯੂਥ ਹੈ ਤਕਲਵੰਤ ਜੀ, ਉਹਨਾਂ ਦੀ ਰੂਹ ਨੂੰ ਖੇੜੇ ਚ ਰੱਖਣ ਦੇ ਵਾਸਤੇ ਹੋਰ ਆਪਾਂ ਨੂੰ ਕਿਹੜੇ ਉਪਾਅ ਜਿਹੜੇ ਆ ਕਰਨੇ ਚਾਹੀਦੇ ਆ ਤਾਂ ਕਿ ਉਹ ਖੁਸ਼ ਰਹਿਣ, ਕਰਨਾ ਚਾਹੀਦਾ ਸਰ ਪੋਜ਼ਿਟਿਵ ਰਹਿਣ ਜੀ। ਹਾਂਜੀ, ਮੈਨੂੰ ਇੱਦਾਂ ਲੱਗਦਾ ਕਿ ਸਭ ਤੋਂ ਪਹਿਲੇ ਜਿਹੜਾ ਆ ਉਹ ਆਪਣੇ ਉੱਠਣ ਦਾ ਜਿਹੜਾ ਰੂਟੀਨ ਹੈ ਨਾ ਉਹਨੂੰ ਸੈੱਟ ਹੀ ਕਰਕੇ ਰੱਖਣ, ਉਹ ਤਾਂ ਸਾਡੇ ਸਾਰਿਆਂ ਦਾ ਖਰਾਬ ਹੀ ਥੋੜਾ ਬਹੁਤਾ ਹੋ ਚੁੱਕਾ ਹੋਣਾ, ਪਰ ਸੈੱਟ ਇੱਦਾਂ ਕਰਕੇ ਰੱਖਣ ਜੇ ਉਹ ਪ੍ਰੋਪਰ ਟਾਈਮ ਤੇ ਸੌਂਦੇ ਆ ਉੱਠਣਗੇ। ਹੁਣ ਹੁਣ ਮਾਰਨਿੰਗ 'ਚ ਉਹਨਾਂ ਨੇ ਜਦੋਂ ਲੰਚ ਦਾ ਟਾਈਮ ਹੈ ਉਹਨਾਂ ਦਾ ਬ੍ਰੇਕਫਾਸਟ ਦਾ ਟਾਈਮ, ਠੀਕ ਹੈ, ਇਹ ਤੇ ਐਗਜੈਕਟਲੀ ਹੋ ਹੀ ਰਿਹਾ ਆ। ਫਿਰ ਉਸ ਤੋਂ ਡਰੱਗਸ ਤੋਂ ਬਚੋ, ਫਿਰ ਥੋੜੇ ਬਹੁਤੇ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਜਦੋਂ ਸਾਰੇ ਟੱਬਰ ਹੀ ਘਰ ਹੁੰਦਾ ਆ ਉਹਦੀ ਜਿਹੜੀ ਪ੍ਰਾਈਵੇਸੀ ਹੈਗੀ ਸਾਰਿਆਂ ਦੀ ਹੈਗੀ ਉਹ, ਕਿਉਂਕਿ ਵੀਕਐਂਡ ਜਿਹੜੀ ਮਿਲਦੀ ਹੁੰਦੀ ਸੀ ਇਕੱਠੇ ਰਹਿਣ ਦਾ, ਹੁਣ ਹਰ ਰੋਜ਼ ਇਕੱਠੇ ਰਹਿੰਦੇ ਕਰਕੇ ਪੈਂਡੇਮਿਕ ਕਰਕੇ ਗੱਲ ਕਰ ਰਹੀ ਹਾਂ ਸਿਰਫ, ਕਿ ਉਹ ਹੁਣ ਜ਼ਿਆਦਾ ਹੀ ਹੋ ਗਿਆ ਕੁਛ, ਜਾਂ ਇਹਦਾ ਹੁੰਦਾ ਕਿ ਆਈ ਹੈਵ ਮਾਈ ਓਨ ਪਲੇਸ, ਸਾਰਿਆਂ ਨੂੰ ਇੱਦਾਂ ਹੁੰਦਾ ਆ ਕਿ ਹੁਣ ਬੀਬੀ ਤੇ ਆਪਣੀਆਂ ਸਹੇਲੀਆਂ ਨਾਲ ਹੈਗੀਆਂ ਆ, ਮੁਸ਼ਕਲਾਂ ਦੇ ਟਾਈਮ ਮਿਲਦਾ, ਫਿਰ ਸਾਰਾ ਦਿਨ ਉਹਨਾਂ ਲਈ ਖਾਣਾ ਬਣਾਉਂਦੇ ਰਹੋ, ਫਿਰ ਆ ਉਹਨਾਂ ਦਾ ਕੰਮ ਹੋਰ ਵੱਧ ਗਿਆ ਹੈ। ਮੈਂ ਏਦਾਂ ਕਹਿ ਕੇ ਖੱਲੇ ਹੀ ਫੈਕਟ ਗਿਆ, ਇਹ ਤੇ ਹੁਣ ਸਾਰਿਆਂ ਤੇ ਹੈਗਾ ਹੈ, ਪਰ ਯੂਥ ਲਈ ਮੈਂ ਸਪੈਸ਼ਲੀ ਇਹ ਕਹਿਣਾ ਚਾਹੁੰਦੀ ਕਿ ਐਕਸਰਸਾਈਜ਼ ਜ਼ਰੂਰ ਰੱਖੋ ਜੀ, ਐਕਸਰਸਾਈਜ਼ ਤੁਸੀਂ ਆਪਣੀਆਂ ਭਾਵੇਂ ਦੇਖੋ ਚਲੋ ਨਹੀਂ ਬਾਹਰ ਜਾ ਸਕਦੇ ਹੈਗੇ, ਆਪਣੇ ਐਕਸਰਸਾਈਜ਼ ਨੂੰ ਵਧਾਓ, ਖਾਣਾ ਪੀਣਾ ਠੀਕ ਰੱਖੋ ਐਂਡ ਮਾਈਂਡਫੁਲਨੈਸ ਰੱਖੋ, ਹੈ ਨਾ। ਤੇ ਉਹਦੇ ਵਿੱਚ ਮੈਨੂੰ ਲੱਗਦਾ ਕਿ ਯੋਗ ਕਰੋ, ਰਾਜ ਯੋਗਾ ਕਰੋ। ਹੁਣ ਯੋਗ ਦੇ ਵਿੱਚ ਤੁਸੀਂ ਐਕਸਰਸਾਈਜ਼ ਹੈਗੀਆਂ ਤੁਸੀਂ ਜਿਹੜੀਆਂ ਕਰ ਸਕਦੇ ਹੋ, ਪਰ ਇੱਕ ਗੱਲ ਮੈਂ ਪੱਕਾ ਕਹਿਣਾ ਚਾਹਾਂਗੀ ਕਿ ਆਪਣੇ ਨੂੰ ਆਤਮਾ ਸਮਝ ਕੇ ਪਰਮ ਪਿਤਾ ਪਰਮਾਤਮਾ ਨਾਲ ਜ਼ਰੂਰ ਜੁੜੋ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜਾ ਸਾਰਿਆਂ ਦਾ ਸਾਥ ਦੇਣਾ, ਕਿਉਂਕਿ ਜੇ ਤੁਹਾਨੂੰ ਪਾਠ ਕਰਨ ਦਾ ਟਾਈਮ ਨਹੀਂ ਮਿਲਦਾ, ਤੁਸੀਂ ਕਹਿੰਦੇ ਮੈਂ ਬਹੁਤ ਬਿਜ਼ੀ ਹਾਂ, ਮੇਰਾ ਇੰਜ ਹੈ, ਚਲੋ ਤੁਸੀਂ ਉਹਨੂੰ ਹੀ ਯਾਦ ਕਰ ਲਓ, ਉਸ ਵਾਹਿਗੁਰੂ ਨੂੰ ਯਾਦ ਕਰੋ ਜਿਹਨੇ ਤੁਹਾਨੂੰ ਇਸ ਜ਼ਮੀਨ 'ਤੇ ਭੇਜਿਆ ਸੀ, ਅਤੇ ਉਹਨੂੰ ਸਿਰਫ ਇੱਕ ਆਤਮਾ ਕਰਕੇ ਪਰਮਾਤਮਾ ਕਰਕੇ ਤੁਸੀਂ ਉਹਨਾਂ ਨਾਲ ਕਨੈਕਟ ਹੋ ਜਾਓ,
ਤੇ ਥੋੜਾ ਥੋੜਾ ਜੇ ਸਾਰਾ ਕੁਝ ਕਰਾਂਗੇ ਤੇ ਮਿਲ ਜੁਲ ਕੇ ਇਸ ਇਸ ਘੜੀ ਦੇ ਵਿੱਚੋਂ ਦੀ ਬਾਹਰ ਨਿਕਲ ਸਕਦੇ ਹੈਗੇ ਅਸੀਂ ਸਾਰੇ ਜਣੇ ਮੈਨੂੰ ਲੱਗਦਾ ਕਿ ਇੱਕ ਵੱਡੀ ਗੱਲ ਹੈ ਹੋਰ ਕੋਈ ਸੁਝਾਅ ਜਿਹੜੇ ਜਿਸ ਦੇ ਨਾਲ ਬੱਚਿਆਂ ਨੂੰ ਅੰਗੇਜ ਕੀਤਾ ਜਾ ਸਕੇ ਕਿ ਬੱਚੇ ਉਹਨਾਂ ਜ਼ਿਆਦਾ ਵਾਹਿਗੁਰੂ ਵਾਹਿਗੁਰੂ ਨਹੀਂ ਕਰਨਗੇ ਜਿੰਨਾ ਵੱਡੀ ਉਮਰ ਦੇ ਕਰਦੇ ਜੀ ਸੌਰੀ ਸੇ ਅਗੇਨ ਕਿਦਾਂ ਬੱਚੇ ਜਿਹੜੇ ਆ ਉਹ ਉਹਨਾਂ ਵਾਹਿਗੁਰੂ ਵਾਹਿਗੁਰੂ ਨਹੀਂ ਕਰਦੇ ਜਿੰਨਾ ਵੱਡੀ ਉਮਰ ਵਾਲੇ ਬੰਦੇ ਕਰਦੇ ਆ ਸਾਡੀ ਸੱਭਿਆਚਾਰ ਦੇ ਵਿੱਚ ਇਹ ਵੀ ਇੱਕ ਕੌੜੀ ਸੱਚਾਈ ਹੈ ਹਾਂਜੀ ਮੈਂ ਤੇ ਬੱਚਿਆਂ ਨੂੰ ਹੋਰ ਕਿਤੇ ਅੰਗੇਜ ਕੀਤਾ ਜਾ ਸਕੇ ਵਾਹਿਗੁਰੂ ਸਤਨਾਮ ਹੀ ਜੀ ਕਿਉਂਕਿ ਦੇਖੋ ਨਾ ਹੁਣ ਗੁਰਦੁਆਰਾ ਸਾਹਿਬ ਵੀ ਬੰਦ ਹੈ ਪੇਰੈਂਟਸ ਨੂੰ ਵੀ ਹੁੰਦਾ ਜਿਹੜੇ ਸਾਡੇ ਬਜ਼ੁਰਗ ਹੈ ਉਹ ਹੁਣ ਨਹੀਂ ਜਾਂਦੇ ਹੈਗੇ ਉਹਨਾਂ ਦੀਆਂ ਪ੍ਰੋਬਲਮਸ ਹੈਗੀਆਂ ਆ ਬੱਚਿਆਂ ਦੀਆਂ ਆਪਣੀਆਂ ਆ ਵੱਡਿਆਂ ਦੀਆਂ ਆਪਣੀਆਂ ਆ ਪਰ ਸਾਨੂੰ ਸਾਰਿਆਂ ਨੇ ਮਿਲ ਜੁਲ ਕੇ ਉਹਦੇ ਵਿੱਚੋਂ ਦੀ ਨਿਕਲਣਾ ਆ ਪਰ ਮੈਂ ਯੂਥ ਲਈ ਇੰਨਾ ਜ਼ਰੂਰ ਕਹਿਣਾ ਚਾਹਾਂਗੀ ਡਿਸਕਸ ਵਿਦ ਯੂਅਰ ਪੇਰੈਂਟਸ ਹੁਣ ਜਿਹੜੇ ਆਪਣੇ ਯੂਨੇ ਉਹ ਡਿਜੀਟਲ ਵਿੱਚ ਬਹੁਤ ਚੰਗੇ ਹੈਗੇ ਨੇ ਹੁਣ ਜਿਹੜੇ ਸਾਡੇ ਬਜ਼ੁਰਗ ਹੈਗੇ ਨੇ ਉਹ ਡਿਜੀਟਲ ਚ ਇੰਨੇ ਚੰਗੇ ਨਹੀਂ ਹੈਗੇ ਕਦੇ ਉਹਨਾਂ ਨੂੰ ਵੀ ਕੋਈ ਡਿਵਾਈਸ ਯੂਜ਼ ਕਰਨੀ ਪੈਂਦੀ ਆ ਉਹਨਾਂ ਨੂੰ ਥੋੜ੍ਹੀ ਹੈਲਪ ਕਰੋ ਉਹਨਾਂ ਕੋਲ ਬੈਠੋ ਉਹਨਾਂ ਦੀਆਂ ਗੱਲਾਂ ਵੀ ਸੁਣੋ ਫਿਰ ਇੱਦਾਂ ਇੱਦਾਂ ਸਾਰਿਆਂ ਦਾ ਟਾਈਮ ਵੀ ਚਲੋ ਚੰਗਾ ਜੇ ਤੁਹਾਡੇ ਕੋਲ ਮੈਂ ਤੇ ਮੰਨਦੀ ਹੈਗੀ ਆ ਕਿ ਉਹਨਾਂ ਦੇ ਤਰ੍ਹਾਂ ਦੇ ਸਟ੍ਰੈਸ ਹੈਗੇ ਨੇ ਥੋੜ੍ਹੀ ਦੇਰ ਗੱਲ ਹੋਰ ਸੀ ਉਹ ਬੋਲਦੀ ਕਿ ਹੁਣ ਦੋ ਐਗਜ਼ਾਮ ਇਸ ਵੇਲੇ ਨਾ ਦੋ ਭਾਵੇਂ ਘੰਟੇ ਘੰਟੇ ਦਾ ਮੈਨੂੰ ਦੋ ਘੰਟੇ ਮੈਨੂੰ ਉੱਤੇ ਲਾਣੇ ਹੈਗੇ ਨਾ ਉਹ ਸਾਰਿਆਂ ਨੂੰ ਆਪਣੇ ਠੀਕ ਹੈ ਸਾਰਿਆਂ ਨੂੰ ਆਪਣਾ ਆਪਣਾ ਉਹ ਇਸ ਵੇਲੇ ਤੇ ਵਿੱਚੋਂ ਨਿਕਲ ਹੁਣ ਇੱਕ ਗੱਲ ਜਿਹੜੀ ਮੈਨੂੰ ਯੂਥ ਦਿੰਦੇ ਸੀ ਬੋਲਦੇ ਕਿ ਹੁਣ ਅਸੀਂ ਬਾਹਰ ਨਹੀਂ ਜਾ ਸਕਦੇ ਡਿਸਕਸ ਵੀ ਨਹੀਂ ਕਰ ਸਕਦੇ ਜੋ ਗੱਲ ਅਸੀਂ ਆਪਣੀ ਫਰੈਂਡਸ ਨਾਲ ਕਰ ਸਕਦੇ ਸੀ ਉਹ ਕਿੰਨੀਆਂ ਕੁ ਗੱਲ ਕਰੀਏ ਨਾ ਕਿਉਂਕਿ ਉਹਨਾਂ ਦੀ ਵੀ ਅੱਗੇ ਪ੍ਰਾਈਵੇਸੀ ਕਰਕੇ ਕਈ ਵਾਰ ਨਹੀਂ ਵੀ ਕੋਈ ਗੱਲ ਹੁੰਦੀ ਹੈਗੀ ਸੋ ਸੋ ਪ੍ਰੋਬਲਮਸ ਹੈਗੀਆਂ ਨੇ ਜਿਹਨਾਂ ਨੂੰ ਅਸੀਂ ਮਿਲ ਜੁਲ ਕੇ ਸੋਲਵ ਕਰ ਸਕਦੇ ਹੈਗੇ ਹਾਂ ਆਈ ਥਿੰਕ ਇਹ ਇੱਕ ਅੱਛਾ ਐਕਸਪੀਰੀਅੰਸ ਹੈਗਾ ਸਾਰਿਆਂ ਲਈ ਸਪੈਸ਼ਲੀ ਯੂਥ ਲਈ ਦੇਖੋ ਅਸੀਂ ਤਾਂ ਜਿਹੜੀ ਏਜ ਦੇ ਵਿੱਚੋਂ ਦੀ ਨਿਕਲ ਰਹੇ ਹੈਗੇ ਹਾਂ ਤੇ ਹੁਣ ਆਪਣੀ ਏਜ ਦੇ ਵਿੱਚ ਹਾਂ ਤੇ ਹੁਣ ਅੱਗੇ ਤੇ ਯੂਥ ਦਾ ਹੀ ਕੰਮ ਹੈ ਨਾ ਉਹਨਾਂ ਨੇ ਸਾਨੂੰ ਜਾਂ ਬਾਕੀਆਂ ਨੂੰ ਸੰਭਾਲਣਾ ਹੈ ਹੁਣ ਅੱਗੇ ਆਹ ਪੈਂਡਮਿਕ ਹੈ ਅੱਗੇ ਪਤਾ ਨਹੀਂ ਹੋਰ ਕੀ ਆ ਰਿਹਾ ਹੈ ਸਭ ਨੂੰ ਤਾਂ ਉਹਨਾਂ ਨੂੰ ਦੇਖਣਾ ਪੈਣਾ ਨਾ ਉਹਨਾਂ ਨੂੰ ਆਪਣਾ ਸਟ੍ਰੈਸ ਲੈਵਲ ਜਿਹੜਾ ਹੈਗਾ ਬਹੁਤ ਜ਼ਿਆਦਾ ਸਟਰੋਂਗ ਰੱਖਣਾ ਪੈਣਾ ਮਾਈਂਡਫੁਲਨੈਸ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ ਆਖਰ ਦੇ ਵਿੱਚ ਜਿਹੜੀਆਂ ਸਪੋਰਟਿੰਗ ਏਜੰਸੀਜ਼ ਨੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਕੋਈ ਸਪੋਰਟਿੰਗ ਏਜੰਸੀਜ਼ ਜਿਹਨਾਂ ਦਾ ਤੁਸੀਂ ਐਡਰੈਸ ਦੇਣਾ ਚਾਹੁੰਦੇ ਹੋ ਜਾਂ ਨਿਊਜ਼ੀਲੈਂਡ ਸਿੱਖ ਵੂਮਨ ਦੇ ਐਂਗਲ ਤੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਸਾਰੇ ਵਪਾਰੇ ਨੂੰ ਇਸ ਤੋਂ ਹੋਰ ਇੰਪਰੂਵ ਕਿਵੇਂ ਕੀਤਾ ਜਾ ਸਕਦਾ ਜਿਵੇਂ ਸੈਮੀਨਾਰਸ ਜਾਂ ਵਰਕਸ਼ਾਪ ਦੇ ਰਾਹੀਂ ਇਕੱਠ ਕੀਤੇ ਜਾਣਗੇ ਲੈਵਲ 2 ਦੇ ਵਿੱਚ ਹਾਂ ਦੀ ਘੜੀ ਜ਼ੂਮ ਮੀਟਿੰਗਸ ਦੇ ਉੱਤੇ ਇਸ ਸਮੱਸਿਆ ਦੇ ਉੱਤੇ ਚਰਚਾ ਕੀਤੀ ਜਾ ਸਕਦੀ ਹੈ ਦੇਖੋ ਸਪੋਰਟਿੰਗ ਏਜੰਸੀ ਦੇ ਵਿੱਚ ਇਹ ਹੁਣ ਯੂਥ ਜਾਂ ਜਿਹੜਾ ਵੀ ਇਸ ਸਮੱਸਿਆ ਦੇ ਵਿੱਚੋਂ ਦੀ ਯੂਜ਼ ਕੇ ਨਿਕਲ ਰਿਹਾ ਉਹਦੇ ਤੇ ਡਿਪੈਂਡ ਕਰਦਾ ਕਿ ਉਹ ਕਿਹੜੀ ਨੂੰ ਲੈਣ ਦੇ ਕੋਈ ਨੈਟ ਦੇ ਉੱਤੇ ਬਹੁਤ ਸਾਰੀਆਂ ਇਨਫੋਰਮੇਸ਼ਨ ਅਵੇਲੇਬਲ ਹੈ ਜਿਵੇਂ ਯੂਥ ਲਾਈਨ ਕਾਫੀ ਅੱਛਾ ਕੰਮ ਕਰ ਰਹੀ ਹੈਗੀ ਮੈਂਟਲ ਹੈਲਥ ਜਿਹੜੀ ਹੈਗੀ ਹੈ ਮੈਂਟਲ ਹੈਲਥ ਕੀ ਕਹਿੰਦੇ ਆ ਫਾਊਂਡੇਸ਼ਨ ਇਜ਼ ਡੂਇੰਗ ਵੈਰੀ ਵੈਲ ਜੋਬ ਐਂਡ ਰੈੱਡ ਕਰਾਸ ਮੈਂ ਦੇਖਿਆ ਕਾਫੀ ਅੱਛਾ ਕਰ ਰਹੀ ਹੈ ਇਹਦਾ ਇਹਨਾਂ ਦੀ ਲਾਈਨਸ ਆਲਰੇਡੀ ਰਹਿੰਦੀਆਂ ਐਨੀ ਟਾਈਮ ਗੱਲ ਕੀਤੀ ਜਾ ਸਕਦੀ ਹੈ ਪਰ ਪਰਮਿੰਦਰ ਜੀ ਮੈਂ ਇੱਕ ਚੀਜ਼ ਜ਼ਰੂਰ ਹੋਰ ਇਹਦੇ ਵਿੱਚ ਡਿਸਕਸ ਕਰਨਾ ਚਾਹੁੰਦੀ ਹਾਂ ਕਿਉਂਕਿ ਸਾਡੇ ਵੂਮਨ ਐਸੋਸੀਏਸ਼ਨ ਨਾਲ ਰਿਲੇਟਡ ਵੀ ਵੂਮਨਸ ਨਾਲ ਜਿਹਨੂੰ ਕਿ ਅਸੀਂ ਕਹਿੰਦੇ ਹਾਂ ਪੋਸਟ ਡਿਪਰੈਸ਼ਨ ਜਿਹੜਾ ਕਿ ਜਦੋਂ ਬੱਚਾ ਪੈਦਾ ਹੁੰਦਾ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲੇ ਜਿਹੜੀ ਹੈਗੀ ਹੈ ਇੱਕ ਸੋਰਟ ਆਫ ਪ੍ਰੋਬਲਮ ਆਉਂਦੀ ਹੈਗੀ ਜਿਹਨੂੰ ਕਿ ਹਜੇ ਅਸੈਪਟੈਂਸ ਨਹੀਂ ਹੈਗੀ ਕਿਉਂਕਿ ਲੋਕਾਂ ਨੂੰ ਹਜੇ ਉਹ ਸਮਝ ਨਹੀਂ ਆਉਂਦੀ ਉਹਦੇ ਬਾਰੇ ਕਿ ਉਹ ਕੀ ਹੈ ਪਰ ਕਿ ਉਹ ਉਹਦੇ ਵਿੱਚ ਕਾਫੀ ਲੇਡੀਜ਼ ਜਿਹੜੀਆਂ ਆ ਜੂਝਦੀਆਂ ਹੈਗੀਆਂ ਤੇ ਮੈਨੂੰ ਲੱਗਦਾ ਕਿ ਉਹਦੇ ਲਈ ਵੀ ਅਵੇਅਰਨੈਸ ਤਾਂ ਸਾਨੂੰ ਹਰ ਪਾਸੇ ਦੀ ਹੁਣ ਜ਼ਰੂਰੀ ਆ ਔਰ ਖੁੱਲ੍ਹੇ ਮੈਨੂੰ ਲੱਗਦਾ ਕਿ ਖੁੱਲ੍ਹੇ ਮੈਦਾਨ ਦੀ ਲੋੜ ਹੈ ਜਿੱਥੇ ਆ ਕੇ ਡਿਸਕਸ ਕਿ ਕਿਹੜੇ ਕਿਹੜੇ ਇਸ਼ੂਜ਼ ਹੈਗੇ ਨੇ ਜੋ ਸਾਹਮਣੇ ਰੱਖ ਕੇ ਆ ਸਕਦੇ ਹੈਗੇ ਨੇ ਔਰ ਮੈਂ ਡੈਫੀਨੇਟਲੀ ਔਰ ਏਸ਼ੀਅਨਸ ਮੈਂ ਏਸ਼ੀਅਨਸ ਵੀ ਦੇਖੀਏ ਕਿ ਘੱਟ ਹੀ ਹੈ ਕੰਮ ਕਰਦੀਆਂ ਹੈਗੀਆਂ ਜਿਹੜੇ ਔਰ ਇਹਦੇ ਤੇ ਕੰਮ ਕਰਨ ਸੈਮੀਨਾਰਸ ਹੈ ਆਪਣੀ ਭਾਸ਼ਾ ਦੀ ਜੋ ਗੱਲ ਚੱਲ ਰਹੀ ਹੈ ਕਿ ਚਲੋ ਨਹੀਂ ਪੈਂਦੇ ਕੀ ਉਰਦੂ ਦੇ ਵਿੱਚ ਸਪੋਰਟ ਸਿਸਟਮ ਜਿਹੜਾ ਪੰਜਾਬੀ ਹਿੰਦੀ ਆਪਣੀ ਭਾਸ਼ਾ ਦੇ ਵਿੱਚ ਉਰਦੂ ਦੇ ਵਿੱਚ ਉਹ ਸਪੋਰਟ ਏਜੰਸੀਜ਼ ਜਿਹੜੀਆਂ ਉਹ ਕਾਫੀ ਹੈ ਨੇ ਇੱਥੇ ਸੌਰੀ ਸੀਗਨ ਪ੍ਰਮਿੰਦਰ ਜੀ ਇਹ ਗੱਲ ਮੈਂ ਤੁਹਾਨੂੰ ਬਿਲਕੁਲ ਸੁਣਾਈ ਦਿੱਤੀ ਤੁਹਾਡੀ ਬਾਤ ਬਿਲਕੁਲ ਖਾਸ ਤੌਰ ਤੇ ਆਪਣੀ ਭਾਸ਼ਾ ਦੇ ਵਿੱਚ ਸਪੋਰਟ ਸਿਸਟਮ ਹੈ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨ ਵਾਲੇ ਲੋਕ ਹਨ ਜੀ ਇਸ ਮਾਮਲੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਾਂ ਜੀ ਨਿਊਜ਼ੀਲੈਂਡ ਸਿੱਖ ਵੂਮਨ ਐਸੋਸੀਏਸ਼ਨ ਦੀਆਂ ਵੱਖ ਵੱਖ ਸਰਵਿਸਿਜ਼ ਲਈ office@nzsawa.org ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਨਾਲ ਦੀ ਨਾਲ ਆਪਾਂ ਜਿਹੜੇ ਫੋਨ ਨੰਬਰ ਨੇ
वो भी स्क्रीन उत्ते ने ते थोड़ा इस गलबात शामिल होने के लिए बहुत बहुत शुक्रिया ते जिहड़ी रुकावट आई उस दे लई मैं स्रोतां तों माफ़ी मांगदा 270-07-98-270-0798 दे विच तुसीं पंजाबी हिंदी उर्दू दे विच न्यूजीलैंड सिख वर्ल्ड एसोसीएशन दे नाल किसी भी विषय ते गलबात कर सकदे हो। ਕੁਆਨੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਸ਼ੁਕਰੀਆ। ਤਾਂ ਦੋਸਤੋ ਸੰਪਰਕ ਜਿਹੜਾ ਉਹ ਜ਼ਰੂਰ ਉਹਨਾਂ ਦੇ ਨਾਲ ਹੋਇਆ, ਲੇਕਿਨ ਕੁਝ ਇੱਕ ਜਿਹੜੇ ਇੰਟਰਨੈਟ ਦੇ ਇਸ਼ੂਜ਼ ਨੇ ਉਹਨਾਂ ਨੂੰ ਲੈ ਕੇ ਇਹ ਚਰਚਾ ਉਨੀ ਜ਼ਿਆਦਾ ਜਿਹੜੀ ਹੈ ਵਧੀਆ ਨਹੀਂ ਹੋ ਸਕੀ ਜਿੰਨੀ ਮੈਂ ਸੋਚਦਾ ਸੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਜ਼ਰੂਰ ਇਸ ਮਾਮਲੇ ਦੇ ਵਿੱਚ ਕੋਸ਼ਿਸ਼ ਕਰਾਂਗਾ ਇਸ ਨੂੰ ਹੋਰ ਬਿਹਤਰ ਕਿਵੇਂ ਕਰਨਾ, ਕਿਉਂਕਿ ਚੱਲਦੇ ਪ੍ਰੋਗਰਾਮ ਦੇ ਵਿੱਚ ਕਈ ਵਾਰ ਦੂਸਰੇ ਜਿਹੜਾ ਪੱਖ ਤੋਂ ਸਮਝਾਉਣਾ ਜਾਂ ਕਮਿਊਨੀਕੇਟ ਕਰਨਾ ਕਾਫੀ ਹਾਰਡ ਹੋ ਜਾਂਦਾ। ਸੋ ਫਿਰ ਵੀ ਮੈਂਟਲ ਹੈਲਥ ਇਸ਼ੂਜ਼ ਦੇ ਉੱਤੇ ਜਿੰਨੀ ਵੀ ਗੱਲਬਾਤ ਹੋਈ ਮੈਂ ਉਮੀਦ ਕਰਦਾ ਕਿ ਤੁਸੀਂ ਜ਼ਰੂਰ ਲਾਹਾ ਲਿਆ ਹੋਵੇਗਾ। ਲੇਡੀਜ਼ ਫਸਟ ਉੱਤੇ ਹੋਰ ਵੀ ਗੱਲਾਂ ਬਾਤਾਂ ਹੋਣਗੀਆਂ ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਇਸ ਗੱਲਬਾਤ ਦੇ ਵਿੱਚ ਸ਼ਾਮਿਲ ਹੋਣ ਦੇ ਲਈ।